ਪੱਗ ਬੰਨ ਕੇ ਨਿਊਜ਼ੀਲੈਂਡ ਕੁੱਤਾ ਇੱਕ ਭੌਂਕਦਾ ਪੱਗ ਬੰਨ ਕੇ ਨਿਊਜ਼ੀਲੈਂਡ ਕੁੱਤਾ ਇੱਕ ਭੌਂਕਦਾ ਬੰਨ ਕੇ ਨਿਊਜ਼ੀਲੈਂਡ ਕੁੱਤਾ ਇੱਕ ਭੌਂਕਦਾ ਲਿਖੀ ਕਿਹਦੇ ਹੱਥ ਵੇਖੋ ਕਿਹੜਾ ਸਿੰਘ ਠੋਕਦਾ ਕਹਿੰਦੇ ਨੇ ਇਸ ਟਾਈਮ ਤੇ ਸੋਸ਼ਲ ਮੀਡੀਆ ਦੇ ਚਾਰੇ ਪਾਸੇ ਬਾਗੀ ਬਾਗੀ ਹੋਈ ਪਈ ਹੈ। ਬਾਗੀ ਸਿੰਦੇਵਾਲਾ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਗਾਇਕ ਜੋ ਕਹਿ ਸਕਦੇ ਹਾਂ ਕਿ ਸਿੱਧੂ ਮੂਸੇਵਾਲੇ ਵਾਂਗ ਬੁੱਕਦਾ ਹੈ। ਜਿਵੇਂ ਲੋਕ ਸਿੱਧੂ ਮੂਸੇਵਾਲੇ ਨੂੰ ਪਿਆਰ ਦਿੰਦੇ ਸੀ, ਉਵੇਂ ਹੀ ਲੋਕ ਬਾਗੀ ਨੂੰ ਪਿਆਰ ਦੇ ਰਹੇ ਨੇ। ਬਾਗੀ ਦੇ ਗਾਣਿਆਂ ਨੂੰ ਲੋਕ ਰਿਪੀਟ ਤੇ ਸੁਣਦੇ ਨੇ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਵੀ ਬਾਗੀ ਦੇ ਗਾਣੇ ਸੁਣਦਾ ਸੀ ਤੇ ਬਾਗੀ ਦੇ ਗਾਣੇ ਤੇ ਸਿੱਧੂ ਮੂਸੇਵਾਲੇ ਨੇ ਇੱਕ ਰੀਲ ਵੀ ਪਾਈ ਹੋਈ ਸੀ। ਤੁਸੀਂ ਗਾਣਾ ਸੁਣਿਆ ਹੋਵੇਗਾ ਇੱਕ ਬਾਗੀ ਦਾ, ਹੋਇਆ ਕਿ ਜੇ ਮਿੱਤਰਾਂ ਤੋਂ ਅੱਗੇ ਲੰਘ ਗਏ ਸਾਲੇ ਲੰਘੇ ਵੀ ਤਾਂ ਲੰਘੇ ਲੱਤਾਂ ਥਾਣੀਆਂ। ਜੀ ਹਾਂ, ਇਸ ਗਾਣੇ ਤੇ ਸਿੱਧੂ ਮੂਸੇਵਾਲੇ ਨੇ ਵੀ ਇੱਕ ਰੀਲ ਪਾਈ ਹੋਈ ਸੀ। ਸੋ ਬਾਗੀ ਦੇ ਗਾਣੇ ਹੁਣ ਕਾਫੀ ਕੰਟਰੋਵਰਸੀ ਵਾਲੇ ਆ ਰਹੇ ਨੇ। ਬਾਗੀ ਕਿਸੇ ਤੋਂ ਡਰਦਾ ਨਹੀਂ ਹੈ, ਸਿੱਧਾ ਹੀ ਹਿੱਕ ਠੋਕ ਕੇ ਜਵਾਬ ਦਿੰਦਾ ਹੈ ਤੇ ਗਲਤ ਨੂੰ ਗਲਤ ਕਹਿੰਦਾ ਹੈ ਤੇ ਸਹੀ ਨੂੰ ਸਹੀ ਕਹਿੰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਗੀ ਦੇ ਗਾਣੇ ਕਾਫੀ ਗਰਮ ਹੁੰਦੇ ਨੇ। ਹਾਲ ਹੀ ਵਿੱਚ ਬਾਗੀ ਦਾ ਇੱਕ ਗਾਣਾ ਆਇਆ ਪ੍ਰਿਜਨਰਸ, ਜਿਹਦੇ ਵਿੱਚ ਉਸਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਤੇ ਨਾਲ ਹੀ ਨੇਕੀ ਨਿਊਜ਼ੀਲੈਂਡ ਵਾਲੇ ਨੂੰ ਵੀ ਬਹੁਤ ਹੀ ਵੱਡਾ ਰਿਪਲਾਈ ਕੀਤਾ ਹੈ। ਸੋ ਬਾਗੀ ਕੀ ਕਹਿ ਰਿਹਾ ਹੈ, ਆਓ ਤੁਹਾਨੂੰ ਛੋਟਾ ਜਿਹਾ ਵੀਡੀਓ ਕਲਿੱਪ ਦਿਖਾਉਂਦੇ ਹਾਂ। ਪੱਗ ਬੰਨ ਕੇ ਨਿਊਜ਼ੀਲੈਂਡ ਕੁੱਤਾ ਇੱਕ ਭੌਂਕਦਾ ਸੇਵਾ ਲਿਖੀ ਕਿਹਦੇ ਹੱਥ ਵੇਖੋ ਕਿਹੜਾ ਸਿੰਘ ਠੋਕਦਾ। ਹਾਂਜੀ, ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦਿਓ ਕਿ ਤੁਸੀਂ ਵੀ ਬਾਗੀ ਨੂੰ ਸੁਣਦੇ ਹੋ ਤੇ ਬਾਗੀ ਦਾ ਕਿਹੜਾ ਗਾਣਾ ਤੁਹਾਨੂੰ ਪਸੰਦ ਹੈ। ਵੱਧ ਤੋਂ ਵੱਧ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ। ਧੰਨਵਾਦ ਜੀ।